ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਰਵਿੰਦਰ ਪੁਰੀ ਚੀਮਾ ਮੈਡੀਕਲ ਕੰਪਲੈਕਸ ਫੇਜ਼ 4 ਮੋਹਾਲੀ 'ਚ ਪਿਛਲੇ 16 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਸਾਡੇ ਹਸਪਤਾਲ 'ਚ ਨੀ ਰਿਪਲੇਸਮੈਂਟ ਸਰਜਰੀ ਕੀਤੀ ਜਾਂਦੀ ਹੈ। ਮੈਂ ਅੱਜ ਤੁਹਾਨੂੰ ਗੋਡੇ ਦੇ ਜੋੜ ਦੇ ਬਾਰੇ ਕੁਛ ਦੱਸਣਾ ਚਾਹਾਂਗਾ। ਗੋਡੇ ਦਾ ਜੋੜ ਸਰੀਰ ਦਾ ਸਭ ਤੋਂ ਵੱਡਾ ਜੋੜ ਹੈ ਔਰ ਇਹ ਪੱਟ ਔਰ ਲੱਤ ਦੀ ਹੱਡੀ ਦੇ ਨਾਲ ਬਣਦਾ ਹੈ। ਇਹਨਾਂ ਦੋ ਹੱਡੀਆਂ ਦੇ ਵਿਚਕਾਰ ਜਿਹੜੇ ਸੋਫਟ ਸਟਰਕਚਰ ਜਿਹਨੂੰ ਅਸੀਂ ਕਾਰਟਿਲੇਜ ਕਹਿੰਦੇ ਹਾਂ, ਇਹਦੇ ਕਸਣ ਦੇ ਨਾਲ ਜੋੜ ਖਰਾਬ ਹੋਣੇ ਸ਼ੁਰੂ ਹੁੰਦੇ ਹੈ, ਜਿਹਦੇ ਕਰਕੇ ਦਰਦਾਂ ਹੁੰਦੀਆਂ ਹਨ। ਇਸ ਬਿਮਾਰੀ ਨੂੰ ਅਸੀਂ 1, 2, 3, 4 ਸਟੇਜਾਂ 'ਚ ਰੱਖਦੇ ਹਾਂ। ਸ਼ੁਰੂ ਦੀ ਸਟੇਜ 'ਚ ਇਸ ਬਿਮਾਰੀ ਦਾ ਇਲਾਜ ਦਵਾਈਆਂ, ਬਰਫ਼ ਦੀ ਟਕੋਰ, ਐਕਸਰਸਾਈਜ਼ ਜਾਂ ਆਪਣੇ ਚੱਲਣ ਦੇ ਤਰੀਕੇ ਨੂੰ ਇੰਪਰੂਵ ਕਰਨ ਦੇ ਨਾਲ ਕੀਤਾ ਜਾਂਦਾ ਹੈ। ਜਿਵੇਂ ਜਿਵੇਂ ਬਿਮਾਰੀ ਵੱਧਦੀ ਹੈਗੀ ਹੈ, ਜਦ ਅਸੀਂ ਉਸ ਸਟੇਜ 'ਤੇ ਆ ਜਾਈਏ ਜਦੋਂ ਦਵਾਈਆਂ ਜਾਂ ਸਪੋਰਟ ਸਿਸਟਮ ਕੰਮ ਕਰਨਾ ਬੰਦ ਕਰ ਦੇ, ਉਸ ਵੇਲੇ ਅਸੀਂ ਨੀ ਰਿਪਲੇਸਮੈਂਟ ਓਪਰੇਸ਼ਨ ਐਡਵਾਈਸ ਕਰੀਦਾ ਹੈ। ਇਸ ਓਪਰੇਸ਼ਨ ਦੇ ਦੌਰਾਨ ਖਰਾਬ ਹੱਡੀ ਦੇ ਕਵਰਿੰਗ, ਜਿਹਨੂੰ ਕਾਰਟਿਲੇਜ ਕਹਿੰਦੇ ਹਾਂ, ਉਹਨੂੰ ਰਿਮੂਵ ਕਰਕੇ ਉਹਦੀ ਥਾਂ 'ਤੇ ਮੈਟਲ ਦੇ ਇੰਪਲਾਂਟਸ ਪਾ ਦਿੱਤੇ ਜਾਂਦੇ ਹਨ, ਜਿਹਦੇ ਨਾਲ ਇਹ ਪੇਨ ਘੱਟ ਜਾਂਦੀ ਹੈ। ਅਗਲੇ ਦਿਨ ਤੋਂ ਮਰੀਜ਼ ਦਾ ਤੁਰਨਾ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਐਕਸਰਸਾਈਜ਼ ਸ਼ੁਰੂ ਕਰਵਾ ਦਿੱਤੀਆਂ ਜਾਂਦੀਆਂ। ਇਸ ਗੋਡੇ ਦੇ ਓਪਰੇਸ਼ਨ ਨੂੰ ਨੋਰਮਲੀ ਅਸੀਂ 4 ਜਾਂ 5 ਦਿਨ ਹਸਪਤਾਲ ਦੇ ਵਿੱਚ ਰੱਖੀਦਾ ਹੈ। ਜਦ ਤੱਕ ਮਰੀਜ਼ ਆਪਣੇ ਘਰ ਵਾਪਸ ਜਾਂਦਾ ਹੈ, ਉਦੋਂ ਤੱਕ ਉਹ ਇੰਡੀਪੈਂਡੈਂਟ ਜਾਂ ਆਪਣੀ ਨੋਰਮਲ ਘਰ ਦੇ ਕੰਮ ਕਰਨ ਜੋਗਾ ਹੋ ਜਾਂਦਾ ਹੈ। ਮੇਨ ਓਪਰੇਸ਼ਨ ਤੋਂ ਬਾਅਦ ਐਕਸਰਸਾਈਜ਼ ਦਾ ਵੀ ਰੋਲ ਹੈ, ਜੋ ਅਸੀਂ ਇੱਥੋਂ ਉਹਨੂੰ ਸਿਖਾ ਕੇ ਭੇਜੀ ਦੀ ਹੈ। ਇਸ ਦੇ ਓਪਰੇਸ਼ਨ ਤੋਂ ਬਾਅਦ ਕੁਛ ਇੱਕ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ, ਜੋ ਕਿ ਜਿਵੇਂ ਕਿ ਚੌਂਕੜੀ ਨਾ ਮਾਰਨਾ ਜਾਂ ਪੈਰਾਂ ਭਾਰ ਨਾ ਬਹਿਣਾ। ਇਹ ਸਾਰੀਆਂ ਸਾਵਧਾਨੀਆਂ ਨੂੰ ਮਰੀਜ਼ ਨੂੰ ਦੱਸ ਕੇ ਹੀ ਅਸੀਂ ਭੇਜੀਦਾ ਹੈ। ਇਹ ਓਪਰੇਸ਼ਨ ਦੁਨੀਆ ਦੇ ਕਾਮਯਾਬ ਓਪਰੇਸ਼ਨਾਂ 'ਚ ਗਿਣਿਆ ਜਾਂਦਾ ਹੈ ਅਤੇ ਇਸ ਨੂੰ ਕਰਵਾਉਣ ਨਾਲ ਮਰੀਜ਼ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ। ਵਿਜ਼ਿਟ ਚੀਮਾ ਮੈਡੀਕਲ ਕੰਪਲੈਕਸ ਫੇਜ਼ 4 ਨੀਅਰ ਟੈਲੀਫੋਨ ਐਕਸਚੇਂਜ ਮੋਹਾਲੀ ਪੰਜਾਬ। 24 hours ਐਮਰਜੈਂਸੀ ਓਪਨ। ਕਾਲ 8054922340।